पंजाब प्रदेश कांग्रेस ने अपने कई पुराने कार्यकर्ताओं को नई जिम्मेदारियां सौंपी इस दौरान लुधियाना के रहने वाले कैप्टन मलकीत सिंह को एस सी शहरी डिपार्टमेंट का वाइस प्रधान नियुक्त किया गया लुधियाना में जिस तरह अब कांग्रेस जो पार्टी है अब अपने जो वर्करों को कोई ना कोई विंग जो दे रही है कहीं ना कहीं जिस तरह लुधियाना में हमारे साथ अभी ऐसी विंग के जो नए प्रधान मैं जी शुरू तो मेरा खानदान ही पहले तो कांग्रेस में चलता आ रहा वा और मैं इस बार अपनी बेटी ਮੇਰੇ ਬਡੇ ਲੜਕੀ ਜਿਹੜੀ ਵਾਈਫ ਹੈ ਮੈਂ ਉਹਨੂੰ ਪਾਰਟੀ ਦੀ ਤਰਫੋਂ ਮੈਂ ਕੌਂਸਲਰ ਵੀ ਖੜਾ ਕੀਤਾ ਸੀ ਪਰ ਟਿਕਟ ਨਹੀਂ ਮਿਲੀ ਉਹਨੂੰ ਕੋਈ ਗੱਲ ਨਹੀਂ ਪਰ ਮੈਂ ਪਾਰਟੀ ਦਾ ਜਿਹੜਾ ਹੈ ਤਨਮਨ ਦੇ ਨਾਲ ਸੇਵਾ ਕਰਦਾ ਰਿਆਂ ਔਰ ਸੇਵਾ ਕਰਦਾ ਜਾ ਰਿਆਂ ਪਾਰਟੀ ਨੇ ਮੇਰੀਆਂ ਗੱਟੀਆਂ ਵੀਰਿਆਂ ਨੂੰ ਦੇਖਦੇ ਹੋਏ ਔਰ ਮੇਰੇ ਜਾਤੀ ਭਾਈ ਨੂੰ ਦੇਖਦੇ ਹੋਏ ਔਰ ਮੇਰਾ ਜਾਤੀ ਭਾਈ ਦੇ ਵਿੱਚ ਸਹਯੋਗ ਆ ਮੇਰਾ ਪਿਆਰ ਆ ਉਹਨੂੰ ਦੇਖਦੇ ਹੋਏ ਇਹਨਾਂ ਨੇ ਮੈਨੂੰ ਹਾਈ ਕਮਾਂਡ ਨੇ ਆਰਡਰ ਦੇ ਨਾਲ ਦੇ ਕੇ ਮੈਨੂੰ ਜੋ ਵਾਈਸ ਚੇਅਰਮੈਨ ਦਾ ਰੁਤਬਾ ਦਿੱਤਾ ਐਸਯੂ ਡਿਪਾਰਟਮੈਂਟ ਦਾ ਮੈਂ ਉਹਦਾ ਬਹੁਤ ਧੰਨਵਾਦੀ ਹਾਂ ਔਰ ਮੈਂ 2019 ਦੇ ਵਿੱਚ ਜੋ ਹਾਈ ਕਮਾਂਡ ਨੇ ਲੁਧਿਆਣੇ ਦੇ ਵਿੱਚ ਸਾਡੇ ਐਮਪੀ ਖੜੇ ਕਰਨਗੇ ਮੈਂ ਉਹਨਾਂ ਨੂੰ ਆਪਣੇ ਭਾਈਚਾਰੇ ਦੀ ਤਰਫੋਂ ਪ੍ਰੋਸਾਧ ਬੋਣਾਮਾ ਕਿ ਮੇਰਾ ਭਾਈਚਾਰਾ ਸਾਰਾ ਉਹਨਾਂ ਦੇ ਨਾਲ ਆ ਔਰ ਅਸੀਂ 2019 ਦੇ ਵਿੱਚ ਦਿੱਲੀ ਦੇ ਵਿੱਚ ਆਪਣੀ ਸਰਕਾਰ ਤਿਆਰ ਕਰਨੀ ਚਾਹੁੰਦੇ ਆ ਔਰ ਤਿਆਰ ਕਰਾਂਗੇ ਲੁਧਿਆਣਾ ਸੇ ਅਭਿਸ਼ੇਕ ਕੇ ਸਾਥ ਧੀਰੇ ਕੁਮਾਰ ਟਾਈਮਸ ਮੇਜ